जी की पास आई दस मिनट 15 भगत जना को सन्मुख होवे सो हर रास ले बेमुख पश पाहो हर के नाम के व्यापारी हर भगत है जम जगाती तिन्ना नेड़ ना जाहो जन नानक हर नाम तन लद्या सदा बेपरवाहो हर के नाम के व्यापारी हर भगत है जम जगाती तिन्ना नेड़ न जाहो जन नानक हर नाम तन लद्या सदा बेपरवाहो वाहिगुरु जी का खालसा वाहिगुरु जी की फतेह। ਜਦੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਈ ਪਹੁੰਚ ਜਦੋਂ ਸ਼੍ਰੋਮਣੀ ਕਾਗਜ਼ ਬਣਿਆ ਉਸ ਵੇਲੇ ਤੋਂ ਹੀ ਜੱਜ ਰਾਜੇਂਦਰ ਸਿੰਘ ਦੇ ਸਰਕਾਰ ਦੇ ਪਿਤਾ ਜੀ ਬਾਬਾ ਮੋਹਨ ਸਿੰਘ ਜੀ ਉਸ ਸਮੇਂ ਤੋਂ ਹੀ ਅਕਾਲੀ ਦਲ ਕਿਉਂਕਿ ਅੱਜ ਤੱਕ ਕਿੰਨੇ ਸਾਲਾਂ ਤੋਂ ਪਰਿਵਾਰ ਅਕਾਲੀ ਦਲ ਪਿਤਾ ਜੁੜਿਆ ਉਹਦਾ ਪਿਛੋਕੜ ਇਸ ਕਰਕੇ ਆ ਕਿਉਂਕਿ 1937-38 ਦੇ ਲਗਭਗ ਇਹ ਹੀ ਗੁਰਦੁਆਰਾ ਸਾਹਿਬ ਦੀ ਉਹ ਵੀ ਬਾਬਾ ਮੋਹਨ ਸਿੰਘ ਮਹਾਰਾਜ ਦੀ ਸਿਰਤੀ ਤੇ ਇਸ ਤਰ੍ਹਾਂ ਦੇ ਜੱਜੇ ਹੁੰਦੇ ਆ ਸਾਡੇ ਹਾਲੀ ਜਦੋਂ ਤੋਂ ਸ਼ੁਰੂਆਤ ਕੀਤੀ ਇਹ ਹੋਆ ਗੁਰਸਾਹਿਬ ਅਤੇ ਹੁਣ ਇਹਨਾਂ ਦੇ ਪੁੱਤਾਂ ਦਾ ਕਹਾਂ ਪੁੱਤਰ ਮੈਂ ਉਸ ਦੇ ਜਨਵਾਸ 'ਤੇ ਆਇਆ ਸਿਆਣੇ ਕਹਿੰਦੇ ਨੇ ਵੀ ਤੁਸੀਂ ਇਨਸਾਨ ਦੀ ਸੰਗਤ ਦੇਖ ਲਓ ਇਨਸਾਨ ਦਾ ਪਤਾ ਲੱਗ ਜਾਂਦਾ ਵੀ ਇਹ ਕੈਸਾ ਜੀਵਨ ਬਤੀਤ ਕਰ ਰਿਹਾ ਅੰਗਰੇਜ਼ੀ ਦਾ ਕਿਸੇ ਵੱਡੇ ਸ਼ਾਇਰ ਨੇ ਲਿਖਿਆ ਗਿਆ ਕਹਿੰਦੇ ਜਦ ਇਨਸਾਨ ਦੀ ਆਪਾਂ ਸੰਗਤ ਦੇਖਦੇ ਹਾਂ ਤਾਂ ਉਹਦੇ ਜੀਵਨੀ 'ਤੇ ਸਾਰਾ ਚਾਨਣ ਪੈ ਜਾਂਦਾ ਜੇ ਆਪਾਂ ਜਥੇਦਾਰ ਜੀ ਦੇ ਜੀਵਨ ਵੱਲ ਝਾਤ ਮਾਰੀਏ ਇਹਨਾਂ ਦੀ ਸੰਗਤ ਕਹੀ ਜੀ ਸੀ ਮੈਂ ਇਹਨਾਂ ਨੂੰ ਤਕਰੀਬਨ 73-74 ਦਾ ਜਾਣਦਾ ਮੈਂ ਬੱਚਾ ਸੀ ਉਦੋਂ ਸਕੂਲ 'ਚ ਪੜ੍ਹਦਾ ਸੀ ਸੰਤਾਂ ਦੇ ਨਾਲ ਜ਼ਿਆਦਾ ਹੋਇਆ ਕਰਦੇ ਸਨ ਹਰਚੰਦ ਸਿੰਘ ਜੀ ਲੌਂਗੋਵਾਲ ਸਾਹਿਬ ਨਾਲ ਫਿਰ ਮੇਰੇ ਪਿਤਾ ਜੀ ਨਾਲ ਬਰਨਾਲਾ ਸਾਹਿਬ ਨਾਲ ਤੌੜਾ ਸਾਹਿਬ ਨਾਲ ਇਹਨਾਂ ਦਾ ਪਿਆਰ ਸਾਡੇ ਜਿਹੜੇ ਹੁਣ ਸਰਪ੍ਰਸਤ ਨੇ ਵੱਡੇ ਬਾਦਲ ਸਾਹਿਬ ਉਹਨਾਂ ਨਾਲ ਇਹਨਾਂ ਦਾ ਪਿਆਰ ਆਪਣੇ ਜ਼ਿਲ੍ਹੇ ਦੇ ਵੱਡੇ ਨੇਤਾ ਨੇ ਢੀਂਸਾ ਸਾਹਿਬ ਉਹਨਾਂ ਨਾਲ ਇਹਨਾਂ ਦਾ ਪਿਆਰ ਐਸੀਆਂ ਸ਼ਖਸੀਅਤਾਂ ਜਦ ਸੰਸਾਰ 'ਤੇ ਆਉਂਦੀਆਂ ਨੇ ਉਹ ਫਿਰ ਵਾਪਸ ਨਹੀਂ ਜਾਂਦੀਆਂ ਸਬੱਬ ਬਣ ਜਾਂਦੇ ਨੇ ਜਿਵੇਂ ਹੁਣ ਸਟੇਟ ਸੈਕਟਰੀ ਸਾਹਿਬ ਕਹਿ ਰਹੇ ਸੀ ਵੀ ਆਹ ਪੁਲ ਦਾ ਨਾਮ ਆਹ
ਗੁਰਮੁਖ ਜਨਮ ਸਵਾਰੇ ਗੁਰਮੁਖ ਜਨਮ ਇੱਧਰ ਮਾੜਾ ਦੇਖੋ ਤੂੰ ਮਾੜਾ
ਬੰਦੇ ਦੀ ਪੈ ਗਏ ਕਈ ਬੜਾ ਦੇ ਪਿੱਛੇ ਆਇਆ ਯਾਰ ਯਾਰ ਇੱਕ ਮਿੰਟ ਪਿੱਛੇ ਨੂੰ ਜਿਹੜੀ ਪਾਸ ਹੋਈ ਜੀਰੋ ਸਰ ਮੇਰੇ ਕਹਤੇ ਜੋੜ ਦੇ ਰਹਿਣਾ ਹੈ ਸਾਡੇ ਕੋਲ ਟਾਈਮ ਨਹੀਂ ਲਾਈ ਜੀ ਰਾਹ ਦੋਗੇ ਫੇਰ ਹੀ ਦੱਸ ਨਹੀਂ ਦੱਸ ਤੈਨੂੰ ਉਹਨਾਂ ਦਾ ਪਿਆਣਾ ਹੈ
ਤੇਰੇ ਭਗਤ ਤੇਰੇ ਪਿਆਰ ਵਿੱਚ ਲੱਗੇ ਹੁੰਦੇ ਹਨ। ਅਗਲੀ ਪੰਕਤੀ ਵਿੱਚ ਕਹਿੰਦੇ ਮੈਂ ਚੁੱਪ ਚੁੱਪ ਰਹੀ ਹੈ ਸੇਵੜੀ, ਕਹਿੰਦੇ ਮੈਂ ਹਮੇਸ਼ਾ ਜੁਗਾਂ ਜੁਗਾਂਤਰਾਂ ਤੱਕ ਉਸ ਵਾਹਿਗੁਰੂ ਦੀ ਸੇਵਾ ਕਰਦਾ ਰਹਾਂ। ਇਹ ਮੈਂ ਬਾਬਾ ਸਿੰਘ ਨਾਮ ਚਾਹੂੰ ਨਾਨਕ ਅਵਸਰ ਦਾ ਭਾਗ ਹੋਈ। ਹੁਣ ਮੈਂ ਵਾਰ ਵਾਰ ਇਸ ਸੰਸਾਰ ਦੇ ਖਾੜੇ ਵਿੱਚ ਆ ਕੇ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ, ਕਿਉਂ? ਕਿਉਂਕਿ ਵਾਹਿਗੁਰੂ ਨੇ ਮੇਰਾ ਪਰਦਾ ਦੂਰ ਕਰ ਦਿੱਤਾ ਹੈ, ਭਗਤ ਦਾ ਮੈਨੂੰ ਮਾਇਆ ਤੋਂ ਪਰਵੇਹ ਕਰ ਦਿੱਤਾ ਹੈ, ਸੰਸਾਰ ਦੇ ਦੁਨੀਆਂ ਤੋਂ ਪਰਵੇਹ ਕਰ ਦਿੱਤਾ ਹੈ, ਮੈਨੂੰ ਆਪਣੇ ਵਿੱਚ ਲਾ ਲਿਆ ਹੈ ਅਵਸਰ ਦਾ ਪਾਰ। ਇੱਥੇ ਗੁਰੂ ਜੀ ਸਾਨੂੰ ਦ੍ਰਿਸ਼ਟਾਂਤ ਬਖਸ਼ਦੇ ਨੇ, ਕਹਿੰਦੇ ਇਹ ਇੱਕ ਮੌਕਾ ਹੈ ਨਾਨਕ ਅਵਸਰ ਦਾ ਪਾਰ, ਕਹਿੰਦੇ ਇਹ ਆਖਰੀ ਮੌਕਾ ਹੈ ਜ਼ਿੰਦਗੀ ਦਾ ਜਿਹੜਾ ਸਾਨੂੰ ਮਿਲਿਆ ਹੈ, ਉਸ ਵਾਹਿਗੁਰੂ ਦਾ ਨਾਮ ਜਪਣਾ। ਨਾਮ ਜਪਣ ਦਾ ਪੱਖ ਲੈ ਕੇ ਚੱਲੀਏ, ਕਈ ਐਸੇ ਹੁੰਦੇ ਨੇ ਜਿਹੜੇ ਗੁਰੂ ਵਾਲੇ ਅੰਮ੍ਰਿਤ ਵੇਲੇ ਵੀ ਉੱਠਦੇ ਨੇ, ਤਿੰਨ ਵਾਲੇ ਅੰਮ੍ਰਿਤ ਵੇਲੇ ਵੀ ਉੱਠਦੇ ਨੇ, ਪਰ ਉਹਨਾਂ ਦਾ ਸਮਾਜ ਜਿਹੜਾ ਭਾਈਚਾਰਕ ਸਾਂਝ ਹੈ ਉਹ ਬਹੁਤ ਹੀ ਵਧੀਆ ਨਹੀਂ ਹੁੰਦੀ। ਇੱਥੇ ਗੁਰੂ ਜੀ ਗੱਲ ਬੈਲੈਂਸ ਕਰਦੇ ਨੇ ਕਿ ਅਸੀਂ ਸੰਤ ਰਿਸ਼ਤੀ ਹੋ ਕੇ ਵਿਚਰਨਾਂਗੇ ਸੰਸਾਰ ਦੇ ਵਿੱਚ, ਸਾਡਾ ਮਨੁੱਖਤਾ ਦੇ ਨਾਲ ਪਿਆਰ ਹੋਵੇ, ਅਸੀਂ ਕਿਸੇ ਗਰੀਬ ਦਾ ਭਲਾ ਕਰ ਸਕੀਏ, ਆਪਣੇ ਚੰਗੇ ਬੋਲ ਬੋਲ ਸਕੀਏ ਸੰਸਾਰ ਦੇ ਅੰਦਰ, ਸਾਡੇ ਕੀਤੇ ਹੋਏ ਕੰਮਾਂ ਨੂੰ ਕੋਈ ਯਾਦ ਰੱਖੀਏ, ਜ਼ਿੰਦਗੀ ਭਰ ਜਿਸ ਤਰ੍ਹਾਂ ਦੱਸ ਰਹੇ ਸਨ ਪਰਿਵਾਰਕ ਮੈਂਬਰ ਬਾਪੂ ਚੇਤਨ ਸਿੰਘ ਜੀ ਦੱਸੇਦਾਰ, ਜਿਹਨਾਂ ਨੇ ਕਿ ਆਪਣਾ ਗੁਰੂ ਹੈ ਵੀ ਹੈ ਸਾਡੇ ਮਹਾਂਪੁਰਖ, ਸਾਡੇ ਵੀ ਗੁਰੂ ਸਾਹਿਬਾਨ ਹੋਏ, ਜਿਹਨਾਂ ਨੂੰ ਸਰੀਰ ਕਰਕੇ ਜਾਣਾ ਪਿਆ ਸੰਸਾਰ, ਸਾਨੂੰ ਵੀ ਜਾਣਾ ਪੈਣਾ, ਆਪਾਂ ਸਾਰਿਆਂ ਨੂੰ ਜਾਣਾ ਪੈਣਾ ਕਿ ਜਗਤ ਹੈ ਜਿਹੜਾ ਇਹ ਧਰਮਸ਼ਾਲਾ ਦੀ ਨਹੀਂ ਹੈ, ਮੁਸਾਫਰ ਆਉਂਦਾ ਥੋੜ੍ਹੇ ਸਮੇਂ ਵਾਸਤੇ ਚਲੇ ਜਾਂਦਾ, ਉਸ ਤਰ੍ਹਾਂ ਫਿਰ ਧਰਮਸ਼ਾਲਾ ਖਾਲੀ ਕਰਨਾ ਪੈਂਦਾ। ਇਸੇ ਤਰ੍ਹਾਂ ਸਰੀਰ ਹੈ ਆਪਣਾ, ਸਾਰੇ ਕਹਿੰਦੇ ਇਹ ਸਰੀਰ ਨੂੰ ਸੱਚ ਨਾ ਮੰਨੋ, ਸਾਧੋ ਗੋਬਿੰਦ ਕੇ ਕੰਗਾਲ ਹੋ ਗਏ, ਮਾਨਸ ਜਨਮ ਅਮੋਲ ਪਾਈ ਗੁਰੂ ਤਾਂ ਕਹੀ ਜਵਾਬ ਦੇ ਸਕਦੇ। ਇਹ ਆਖਰੀ ਮੌਕਾ ਹੈ ਸੰਸਾਰ ਦਾ ਜਿਹੜਾ ਮਿਲਿਆ ਹੈ, ਸਮਾਂ ਮਿਲ ਕੇ ਸੰਸਾਰ ਨੂੰ ਛੱਡ ਕੇ ਜਾਣਾ ਪੈਣਾ, ਸੋ ਗੁਰਬਾਣੀ ਦਾ ਆਖਰੀ ਸ਼ਬਦ ਕਹਿ ਕਰੀਏ, ਸਤਿਗੁਰ ਸਾਧੂ ਪੁਰਾਣ ਗੁਰਬਾਣੀ ਦਾ ਸ਼ਬਦ ਸਾਰੀਆਂ ਸੰਤਾਂ ਦੇ ਨਾਲ ਕਰਨਾ ਹੈ। ਆਓ ਆਪ ਸਤਿਗੁਰੂ ਜੀ ਦੇ ਗੱਲ ਕਹਿ ਕਰੀਏ, ਗੁਰਬਾਣੀ ਮੰਦਰ ਕੀਰਤਨ ਦੀ ਸਮਾਪਤੀ। ਕੀ ਕਰਾਂ
ਕੁਰਬਾਨੀ ਹਰ ਜਸਮੀ ਤੁਹਾਨੂੰ ਸਮਾਪਤੀ ਹੈ ਕੁਰਬਾਨੀ ਕਰਕੇ ਤੁਹਾਨੂੰ ਦੱਸ ਉਹ ਸ਼ਬਦ ਦੀ ਵਿਚਾਰ ਕਰਦੇ ਹਾਂ ਬਸ ਬਹੁਤ ਪ੍ਰਕਾਰ ਦੀਆਂ ਹੋਣਗੀਆਂ ਹੋਣਗੀਆਂ ਆਪ ਸੁੰਦਰ ਅਤੇ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਸ਼ਨ ਜੋ ਬਖਸ਼ੇ ਹਨ ਜਿਨ੍ਹਾਂ ਕੋਲ ਸ਼ੁਰੂ ਹੋਈ
ਸਦਾ ਦੁੱਖ ਹੈ ਮਨਮੁਖ ਧਿਆਨ ਨ ਲਾਗੈ ਦੁੱਖ ਵਿੱਚ ਕਰ ਕਮਾਵਣੀ ਦੁੱਖ ਵਰਤੈ ਦੁੱਖ ਆਗੈ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨ ਲਾਗੈ ਦੁੱਖ ਵਿੱਚ ਕਰ ਕਮਾਵਣੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਪਰਮ ਪਾਉ ਪਾਗੈ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮਹਿਲੇ ਮਰੇ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਉਰਧਾਰ ਪਨਤ ਨਾਨਕ ਸੁਣੋ ਜਨ ਪਾਈ ਸਤਗੁਰ ਸੇਵੋ ਹਉਮੈ ਮਲ ਜਾਈ ਅੰਦਰ ਸੰਸਾ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਪਾਏ ਸੂਤੇ ਕਹੂ ਨਾ ਜਾਗੇ
माया मोह प्यार नाम न चेते शब्द ना विचारहि एहु मन मुख का विचार हर नाम न पाया वृथा जन्म गवाया नानक जम मार करे खुआर पौड़ी जिसनु हर भगत सच बख्शियन सो सच्चा साहा इसकी मोहताजी लोक कड़दा औरत हट ना बथ ना बिसाहा भगत जना को सन्मुख होवे सो हर रास ले बेमुख पश पाहो हर के नाम के व्यापारी हर भगत है जम जगाती तिन्ना नेड़ ना जाहो जन नानक हर नाम तन लद्या सदा बेपरवाहो हर के नाम के व्यापारी हर भगत है जम जगाती तिन्ना नेड़ न जाहो जन नानक हर नाम तन लद्या सदा बेपरवाहो वाहिगुरु जी का खालसा वाहिगुरु जी की फतेह। क्योंकि जदों भी श्रोमणी गुरुद्वारा प्रबंधक कमेटी आई पहुंच जदों श्रोमणी कमेटी का बनिया उस वेले तो जैसे राजेंद्र सिंह के सरकार लोग पिता जी बाबू अमर सिंह जी उस समय तो ही अकाली दल क्योंकि अज तक किन्ने सालों तो परिवार अकाली दल का पिता मिलया उसका पिछोकड़ इस करके आ क्योंकि 1937 के लगभग ये ही गुरुद्वारा साहब जी वो भी बाबू अमर सिंह महाराज जी थी फिर कितने इस तरह के जैसे होंगे जब तक केवल सिंह का बहुत समा मुबारक नहीं रहे तो रविंद्र सिंह जी सारे क्रीड़ा रहते हैं गरीब अमीर हर एक जाना पार्टी वर्ग तो ऊपर होके यह जो इंसान नहीं मिलते क्योंकि ज्यादा ही मेरा चार पांच सी सरदारों से सिखाते थे ये कहने लगे आपके पिताजी ने सरदार रणजीत सिंह उनके पापा जी आज बापू जी जा नहीं रहे हैं तो कहते जाते जरा पुत्र से रह लिया तो पिता जी ने जब मुंह मिलाया तो अपने पुत्र रामिया महादेव सरदार चरण सिंह जी से उन्होंने पुत्र रामिया महादेव सरदार जयचंद सिंह संसार में आ गया पर अज हुक्म आया सहज भगत सवेरे बाबा धना जी का कहते जो जन तो ही भगत ग्रंथ तिन के खास सवार का यह जहाँ हुक्मनामा बहुत घट आता अब जथेदार जी ने जो सहज भगत के भोग पाए उसे आया पर फिर ये बात समाप्त कर लाई कि जथेदार साहब ने घर का कोई गल नहीं की श्रोमणी कमेटी श्रोमणी अकाली दल पंच लई अपनी जान निशावर कर दी पर इन्हों की रात भी बहुत ज्यादा मैं पता अच लगा कि ये घात का सतगुर करते हैं क्योंकि जोड़ा मनुख सतगुर का जुड़िया समाज के भरे कार्य करता वो कार्य परमात्मा आप ही कर देंगे पर योजे सुखों की प्राप्ति बहुत घट होंगी है पर जब भी अचानक पाना बदल गया सरपंच अमरपाल सिंह एक योजे से तो आए सरदार गुरविंदर सिंह कनेडा तो आए पर हो असं सारे प्राप्ति करते भी सारे बच्चे हो सारे बड़े जो सहारा हो ये तो बच्चा किस वक्त हो सकता जिंदगी चारे पुत्र ने अपने पिता पिता से मोड़ा ये सारे बहुत कष्ट भागने में आना क्योंकि सारी उम्र श्रोमणी कमेटी श्रोमणी अकाली दल की मेरा ख्याल मैं बहुत एक आमदा नहीं ला सकता क्योंकि 1977 कोल बनाया सरदार प्रकाश सिंह बादल उस समय आए तो असारी साथी भी 20-22 साल रोकी गई थी 600-700 बच्चा स्कूल पढ़ता खेडे खाता जाता कि सरपंच साहब पास से होनी जब बच्चे अपने स्तर को खेला करना चाहता हम भी मैं बेनती क्योंकि देर से हम अकाली दल के बुला रहे आ रहे हैं मैं बेनती जरूर करके जाऊँ
ਹੁਣ ਅੱਜ ਵੀ ਬਹੁਤ ਖਾਸਾ ਹਾਦਸਾ ਇਹ ਪੁਲ ਬਣਾ ਕੇ ਇਹਦਾ ਮਾਰਗ ਦਾ ਨੌਵੀਂ ਜਨਮ ਦਾ ਚੇਤ ਸਿੰਘ ਮਾਰਗ ਦੱਸ ਰਹੇ ਹਾਂ ਕਿਉਂਕਿ ਫਤਿਹ ਬਾਬਾ ਸਾਡਾ ਜਿਹਨੇ ਸਾਰੀ ਜ਼ਿੰਦਗੀ ਆਪਣੇ ਘਰ ਦੇ ਕਾਰਨ ਛੱਡ ਕੇ ਸਮਾਜ ਲਈ ਕੀਤਾ ਅਤੇ ਅੱਜ ਵੀ ਪੁੱਤਰ ਸ਼੍ਰੋਮਣੀ ਅਕਾਲੀ ਦਲ ਨੇ ਅਤੇ ਮੈਂ ਤਾਂ ਬੇਨਤੀ ਜ਼ਰੂਰ ਕਰਕੇ ਜਾਊਂ ਆਪਣੇ ਵੱਲੋਂ ਵੀ ਇਹ ਸੱਤ ਵੀ ਬਣਵਾਈ ਹੈ ਅਤੇ ਪੁਲ ਵੀ ਬਣਵਾਇਆ ਜਦ ਪੁੱਲ ਤਿਆਰ ਹੋ ਗਿਆ ਨਾ ਇਹਦਾ ਨੌਂ ਜਨਮੇ ਦਾ ਚੇਤਨ ਸਿੰਘ ਮਾਰਗ ਜ਼ਰੂਰ ਰੱਖੇ ਜਾਊਂ ਮੈਂ ਬੇਨਤੀ ਕਰਦਾ ਸਾਰੇ ਸਰਦਾਰ ਦੋਸਤਾਂ ਤੋਂ ਬਾਬਾ ਬਲਵੀਰ ਸਿੰਘ ਜੀ ਕੋਲ ਐਮ ਐਲ ਏ ਸਾਹਿਬ ਅਤੇ ਹਰ ਕਮੈਂ ਕਰਨੇ ਜਾ ਉਹ ਆ ਕੇ ਜਦ ਚੇਤਨ ਸਿੰਘ ਜੀ ਨੂੰ ਸ਼ਬਦ ਦੇ ਬੋਲ ਦਿੱਤਾ ਆਏ ਸਾਡੇ
ਪਰਿਵਾਰ ਦੇ ਨਾਲ ਪਿਤਾ ਜੀ ਦੀ ਮੌਤ ਦੇ ਵਿੱਚ ਤੁਸੀਂ ਦੁੱਖ ਸਾਂਝਾ ਕਰਦਾ ਹਾਂ। ਮੈਂ ਆਪਦੇ ਵੱਲੋਂ ਆਪਦੇ ਸਮੁੱਚੇ ਪਰਿਵਾਰ ਵੱਲੋਂ ਪਿੰਡ ਵੱਲੋਂ ਸਭ ਨੂੰ ਜੀ ਆਇਆਂ ਆਖਦਾ ਹਾਂ। ਤੁਹਾਡਾ ਇੱਕ ਕਦਮ ਸਾਡੇ ਸਰਬੰਧੇ 'ਤੇ ਹੈ। ਮੈਂ ਵਿਸ਼ੇਸ਼ ਤੌਰ 'ਤੇ ਕਿਸਦਾ ਨਾਮ ਨਹੀਂ ਲੈਣਾ, ਹੱਥ ਬੰਨ ਕੇ ਬੇਨਤੀ ਹੈ ਵੀ ਜ਼ਰੂਰ ਗੁਰੂ ਦਾ ਲੰਗਰ ਛੱਕ ਕੇ ਜਾਣਾ। ਮੇਰੀ ਇੱਕ ਵਾਰ ਜਿਹੜਾ ਬੇਨਤੀ ਹੈ ਵੀ ਗੁਰੂ ਦਾ ਲੰਗਰ ਤਿਆਰ ਕੀਤਾ ਹੋਇਆ ਗੁਰੂ ਦਾ ਲੰਗਰ ਛੱਕ, ਇੰਨੀਆਂ ਬੇਨਤੀਆਂ ਕਰਦਾ ਆਪ ਜੀ ਤੋਂ ਅੱਗੇ ਲੈਣਾ। ਫਿਰ ਦਰਬਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਨਾ ਇੱਥੇ ਉੱਥੇ ਆਓ।